ਇਹ ਸੀਸੀਟੀਵੀ ਤਸਵੀਰਾਂ ਮਾਨਸਾ ਦੇ ਇਲਾਕਾ ਪੋਹਾ ਦੇ ਇੱਕ ਗੁਰੂ ਘਰ ਦੀਆਂ ਨੇ, ਜਿੱਥੇ ਦੇਰ ਰਾਤ ਕੁਝ ਪੁਲਿਸ ਮੁਲਾਜ਼ਮ ਗੁਰੂ ਘਰ ਦੀ ਕੰਧ ਟੱਪ ਕੇ ਜ਼ਬਰਦਸਤੀ ਅੰਦਰ ਦਾਖਲ ਹੋ ਰਹੇ ਨੇ ਤੇ ਸੰਗਤ ਵੱਲੋਂ ਇਹਨਾਂ ਪੁਲਿਸ ਮੁਲਾਜ਼ਮਾਂ 'ਤੇ ਇਲਜ਼ਾਮ ਲਗਾਏ ਗਏ ਕਿ ਮਾਨਸਾ ਪੋਹਾ ਇਲਾਕੇ ਦੇ SHO ਸ਼ਰਾਬ ਪੀ ਕੇ ਗੁਰੂ ਘਰ ਦਾਖਲ ਹੋਏ ਅਤੇ ਸੇਵਾਦਾਰਾਂ ਨਾਲ ਕੁੱਟਮਾਰ ਕੀਤੀ ਅਤੇ ਡਰਾਇਆ ਧਮਕਾਇਆ। ਹਾਂਜੀ, ਰਾਤ 12 ਵਜੇ ਤਕਰੀਬਨ ਪੁਲਿਸ ਗਈ ਹੈ ਜੀ, ਜਾ ਕੇ ਪੁਲਿਸ ਨੇ ਸੇਵਾਦਾਰਾਂ ਨੂੰ ਕੁੱਟਿਆ, ਕੰਧਾਂ ਟੱਪ ਕੇ ਗਏ ਨੇ, ਸ਼ਰਾਬ ਪੀਤੀ ਹੋਈ ਸੀ, ਜਾਣੀ ਜਾ ਕੇ ਬਹੁਤ ਜ਼ਿਆਦਾ ਧਮਕਾਇਆ ਉਹਨਾਂ ਨੂੰ, ਗੁਰੂ ਘਰ 'ਚੋਂ ਡੱਕਰਨ ਬਾਰੇ ਵੀ ਡਰਾਵੇ ਦਿੱਤੇ ਵੀ ਗੁਰੂ ਘਰ 'ਚੋਂ ਭੱਜੋ, ਨਹੀਂ ਤੁਹਾਨੂੰ ਚੱਕ ਕੇ ਅੰਦਰ ਲੈ ਦੇ ਕਰ ਦਿਆਂਗੇ। ਇਹ ਸਾਡੇ ਕੋਲ ਜਾਣੀ ਸਾਰੇ ਪਰੂਫ ਨੇ, ਰਿਕਾਰਡਿੰਗ ਵੀ ਹੈ ਸਾਡੇ ਕੋਲ, ਕੈਮਰਿਆਂ ਦੀ ਵੀ ਹੈ, ਮੋਬਾਈਲਾਂ 'ਚ ਵੀ ਰਿਕਾਰਡਿੰਗ ਹੈ, ਜੋ SHO ਨੇ ਗਾਲਾਂ ਦਿੱਤੀਆਂ ਅਤੇ ਉਹਨਾਂ ਨੂੰ ਭੱਦੀ ਸ਼ਬਦਾਵਲੀ ਬੋਲੀ ਬਹੁਤ ਜ਼ਿਆਦਾ। ਜੀ ਰਾਤ ਜੀ 12 ਵਜੇ ਇਹ ਜਾ ਕੇ ਕੰਧ ਟੱਪ ਕੇ ਜੀ ਸਾਨੂੰ ਉਠਾਇਆ ਇਹਨਾਂ ਨੇ, ਦੂਜੇ ਕਿਹੜੇ ਆਏ ਸੀ ਨਾਲ ਇਹਨੇ ਉਹਨਾਂ ਨੇ ਬਾਹਰ ਖਲਾਇਆ ਅਤੇ ਵੱਡਾ ਅਫਸਰ ਆ ਕੇ ਬਾਹਰ ਖੋਲਣ ਸਾਰ ਸਾਨੂੰ ਕੁੱਟਣ ਮਰ ਗਿਆ ਜੀ, ਬਿਨਾਂ ਕਸੂਰ ਤੋਂ ਕੋਈ ਗੱਲਬਾਤ ਨਹੀਂ ਸਾਨੂੰ ਦੱਸਿਆ ਨਹੀਂ ਆਹ ਗੱਲ ਹੈ ਅਤੇ ਸਾਨੂੰ 3 ਜਣਿਆਂ ਨੂੰ ਜੀ ਇਹਨੇ ਕੁੱਟਿਆ ਜਾਏ, ਗਾਲਾਂ ਕੱਢੀਆਂ ਭੈਣਾਂ ਦੀਆਂ ਮਾਵਾਂ ਦੀਆਂ, ਸਾਨੂੰ ਕਹਿੰਦਾ ਜੀ ਗੁਰੂ ਘਰ ਤੋਂ ਬਾਹਰ ਜਾਓ ਅਤੇ ਚਲੋ ਥਾਣੇ 'ਚ, ਅਸੀਂ ਆਖਿਆ ਨਹੀਂ ਅਸੀਂ ਥਾਣੇ ਜਾਂਦੇ, ਗੁਰੂ ਘਰ ਸਾਡਾ ਸੁਣਨਾ ਹੈ, ਭਾਵੇਂ ਸਾਨੂੰ ਵੱਢ ਦੇ ਇੱਥੇ ਕੁਛ ਹੀ ਕਰ ਦਿਓ, ਅਤੇ ਸਾਨੂੰ ਰਾਤ ਨੂੰ ਕੁੱਟਮਾਰ ਕੀਤੀ ਹੈ ਜੀ ਇਹਨਾਂ ਨੇ ਬਿਨਾਂ ਕਸੂਰ ਤੋਂ। ਸਾਨੂੰ ਜੀ ਕੋਈ ਪਤਾ ਨਹੀਂ ਜੀ, ਸਾਨੂੰ ਕੋਈ ਗੱਲ ਦਾ ਪਤਾ ਨਹੀਂ ਸੀ ਜੀ, ਸਾਨੂੰ ਗੱਲ ਦਾ ਪਤਾ ਹੁੰਦਾ ਫਿਰ ਅਸੀਂ ਸਾਰਾ ਕੁਛ ਕਰਕੇ ਦੇਖ ਲੈਂਦੇ ਭਾਈ ਆਹ ਗੱਲਬਾਤ 'ਤੇ ਆਏ ਪੁਲਿਸ ਵਾਲੇ, ਠੀਕ ਹੈ। ਸਾਨੂੰ ਬਾਬੇ ਜੀ ਨੇ ਜਦੋਂ ਆਖਿਆ ਭਾਈ ਗੁਰੂ ਘਰ 'ਚ ਰਹਿਣਾ, ਉਹ ਬਾਹਰ ਗਏ ਹੋਏ ਸੀ, ਨਾ ਸਾਨੂੰ ਬਾਬੇ ਨੇ ਦੱਸਿਆ ਨਹੀਂ ਸੀ, ਸਾਨੂੰ ਪਤਾ ਹੁੰਦਾ ਜੀ ਦੱਸ ਦਿੰਦੇ ਜੀ, ਠੀਕ ਹੈ। ਬਾਬੇ ਜੀ ਗਏ ਹੋਏ ਸੀ ਬਾਹਰ, ਸਾਨੂੰ ਕੋਈ ਘਟਨਾ ਦਾ ਪਤਾ ਨਹੀਂ ਸੀ, ਠੀਕ ਹੈ ਜੀ। ਉਦੋਂ ਬਾਅਦ ਜੀ ਇਹਨੂੰ ਪੁੱਛੋ ਬਾਬੇ ਜੀ। ਅਤੇ ਉੱਧਰ ਹੀ ਦੂਜੇ ਪਾਸੇ SP ਹੈੱਡਕੁਆਟਰ ਵੱਲੋਂ SHO ਨੂੰ ਸਸਪੈਂਡ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੈਨੂੰ ਪਤਾ ਲੱਗਾ ਕਿ ਕਾਫੀ ਲੋਕ ਪੁਲਿਸ ਸਟੇਸ਼ਨ ਬੋਹਾ ਇਕੱਠਾ ਹੋਏ ਹਨ ਅਤੇ ਇਲਜ਼ਾਮ ਲਗਾ ਰਹੇ ਹਨ ਕਿ ਇੰਸਪੈਕਟਰ ਜਗਦੇਵ ਸਿੰਘ SHO ਬੋਹਾ ਵੱਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਉੱਥੇ ਦੇ ਸੇਵਾਦਾਰਾਂ ਦੇ ਨਾਲ ਮਿਸਬਿਹੇਵ ਕੀਤਾ ਗਿਆ ਹੈ। ਮੌਕੇ ਦੇ ਉੱਪਰ DSP ਬੁਢਲਾਡਾ ਨੂੰ ਭੇਜਿਆ ਗਿਆ, ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ। ਉਸ ਕੰਪਲੇਂਟ ਦੇ ਆਧਾਰ ਦੇ ਉੱਤੇ DSP ਬੁਢਲਾਡਾ ਵੱਲੋਂ ਇੰਸਪੈਕਟਰ ਜਗਦੇਵ ਸਿੰਘ ਨੂੰ ਫੌਰੀ ਤੌਰ ਦੇ ਉੱਤੇ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਕੰਪਲੇਂਟ ਦੀ ਤੱਥਾਂ ਦੇ ਆਧਾਰ ਦੇ ਉੱਤੇ ਟਾਈਮ ਬਾਉਂਡ ਮੈਨਰ ਦੇ ਵਿੱਚ ਇਨਕੁਆਇਰੀ ਕੀਤੀ ਜਾ ਰਹੀ ਹੈ। ਜੇ ਕੋਈ ਨਵਾਂ ਤੱਥ ਵੀ ਸਾਹਮਣੇ ਆਇਆ ਤਾਂ ਉਸਨੂੰ ਵੀ ਵਿਚਾਰਿਆ ਜਾਏਗਾ ਅਤੇ ਇਨਕੁਆਇਰੀ ਰਿਪੋਰਟ ਜਲਦ ਤੋਂ ਜਲਦ SSP ਸਾਹਿਬ ਮਾਨਸਾ ਨੂੰ ਪੇਸ਼ ਕਰ ਦਿੱਤੀ ਜਾਏਗੀ। ਤੇ ਇਸ ਘਟਨਾ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਸਰਕਾਰ ਨੂੰ ਘੇਰਿਆ ਹੈ ਤੇ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਲਿਖਿਆ, ਅਤਿ ਨਿੰਦਨਯੋਗ, ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਭੁੰਗਾ ਸਾਹਿਬ ਵਿੱਚ ਪੁਲਿਸ ਦੇ ਜਬਰੀ ਦਾਖਲ ਹੋਣ ਅਤੇ ਹਮਲਾ ਕਰਨ ਤੋਂ 2 ਮਹੀਨੇ ਬਾਅਦ ਪੰਜਾਬ 'ਚ ਗੁਰਦੁਆਰਾ ਸਾਹਿਬ 'ਤੇ ਦੂਜਾ ਹਥਿਆਰਬੰਦ ਹਮਲਾ ਕੀਤਾ ਗਿਆ। ਇਸ ਵਾਰ ਭਗਵੰਤ ਮਾਨ ਦੀ ਪੁਲਿਸ ਨੇ ਭੋਆ ਥਾਣੇ ਦੇ ਇੱਕ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਟੱਪ ਕੇ ਗੁਰੂ ਘਰ ਦੇ ਸੇਵਾਦਾਰਾਂ ਅਤੇ ਇੱਥੋਂ ਤੱਕ ਕਿ ਇੱਕ ਨਾਬਾਲਿਗ ਲੜਕੇ ਦੀ ਵੀ ਕੁੱਟਮਾਰ ਕੀਤੀ। ਸ਼੍ਰੋਮਣੀ ਅਕਾਲੀ ਦਲ ਇਸ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕਰਦਾ ਹੈ ਅਤੇ ਜੋ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣ ਅਤੇ ਪੀੜਤਾਂ ਨੂੰ ਇਨਸਾਫ਼ ਮਿਲ ਸਕੇ। ਜ਼ਿਕਰੇ ਖਾਸ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਜਦੋਂ ਇਸ ਤਰ੍ਹਾਂ ਦੇ ਇਲਜ਼ਾਮ ਪੁਲਿਸ ਮੁਲਾਜ਼ਮਾਂ 'ਤੇ ਲੱਗੇ ਹੋਣ। ਬੀਤੇ ਸਾਲ ਸੁਲਤਾਨਪੁਰ ਲੋਧੀ 'ਚ ਵੀ ਗੁਰੂ ਘਰ 'ਤੇ ਕਬਜ਼ਾ ਨੂੰ ਲੈ ਪੁਲਿਸ ਮੁਲਾਜ਼ਮਾਂ 'ਤੇ ਗੰਭੀਰ ਆਰੋਪ ਲੱਗੇ ਸਨ ਅਤੇ ਹੁਣ ਇੱਕ ਵਾਰ ਫਿਰ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ 'ਚ ਹੈ। ਆਖਿਰ ਧਾਰਮਿਕ ਥਾਵਾਂ 'ਤੇ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਹੋ ਰਹੀਆਂ ਨੇ? ਮਾਨਸਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ।